ਦੁਨੀਆ ਲੋਡ ਕਰ ਕਰ ਜਾਈ ਜਾਂਦੀ ਆ, ਖਾਲੀ ਕਰ ਕਰ ਜਾਈ ਜਾਂਦੀ ਆ। ਗੱਡੀ ਖਾਲੀ ਕਰ ਦੋ। ਲਓ ਜੀ ਫੇਰ ਚੱਲਿਆ ਦੁਬਾਰੇ ਲੋਡ ਕਰਨ ਪੈਪਾਂ ਦਾ। ਆਪਣੇ ਵਾਲੀ ਵੀ ਖਾਲੀ ਹੋ ਗਈ, ਇਹ ਕੋਮਲ ਦੀ ਵੀ ਗੱਡੀ ਖਾਲੀ ਹੋ ਗਈ, ਜੈਪਾਲ ਵਾਲੀ ਖੜੀ ਆ, ਉਹ ਗਾਹਾਂ ਜਗਜੀਤ ਦੀ ਖੜੀ ਆ, ਚਾਚਾ ਮੱਦੀ ਫਸ ਗਿਆ, ਉਹਦੇ ਲਵੇ ਪੈਪ ਹੋਰ ਸੀਗੇ, ਉਹਦੀ ਗੱਡੀ ਖਾਲੀ ਨਹੀਂ ਹੋਈ। ਕਿੱਧਰ ਬੈਠੇ ਨੇ ਟੀਮ? ਕਿੱਧਰ ਆ ਉਹ? ਸੁਣੀ ਨੀ ਮੇਰੀ ਰਿਕਾਰਡਿੰਗ? ਫਿਰ ਅੱਛਾ ਭੇਜਤੀ, ਉਹ ਕਰਦਾ ਨੀ ਉਹ ਲੋਡ। ਮੱਦੀ ਦੀ ਨੀ ਗੱਡੀ ਖਾਲੀ ਹੁੰਦੀ, ਆਪਾਂ ਚੱਲਦੇ ਹਾਂ। ਦੋ ਲੱਖ ਦੇ ਟ੍ਰਿਪ ਤਾਂ ਮੱਦੀ ਦੇ ਸੱਥੇ ਚ ਪਏ ਨੇ, ਟੋਪੀਆਂ ਚੱਕਣ ਨੂੰ ਚਾਲ। ਚੱਲ ਜਾ ਫਿਰ। ਮੇਰੇ ਮਗਰ ਨਾ ਲੱਗ, ਮੈਂ ਤਾਂ ਆਪ ਮਗਰ ਖੜਾ ਸਾਰਿਆਂ ਤੋਂ। ਉਹ ਤੋਰ ਲਾ ਮਾਮਾ, ਕਹਿੰਦਾ ਅੱਗੇ ਕੱਢ। ਦੋ ਗੱਡੀਆਂ ਆਪਣੀਆਂ ਮੂਹਰੇ ਨੇ, ਇੱਕ ਆ ਆਪਣੇ ਵਾਲੀ, ਇੱਕੋ ਮਗਰ ਨੀਲੀ, ਇੱਕ ਚਾਚਾ ਮੱਦੀ ਅੰਦਰ ਹੀ ਫਸਿਆ ਪਿਆ ਹਜੇ, ਉਹਦੇ ਪੈਪ, ਉਹਦੀ ਗੱਡੀ ਹੋਈ ਨੀ ਅਨਲੋਡਿੰਗ। ਤੇ ਆਪਾਂ ਚੱਲੀਏ, 2 ਵਜੇ ਨੋ ਐਂਟਰੀ ਹਟ ਗਈ, 5 ਵਜੇ ਫੇਰ ਲੱਗਣੀ ਆ, 5 ਤੋਂ 8। ਆਪਾਂ 5 ਵਜੇ ਤੋਂ ਪਹਿਲਾਂ ਪਹੁੰਚੀਏ, 1.5 ਘੰਟੇ 'ਚ ਆਪਾਂ ਪਹੁੰਚ ਜਾਵਾਂਗੇ ਮੇਰੇ ਹਿਸਾਬ ਨਾਲ, 3:30-4 ਪਹੁੰਚਣਾ ਚਾਹੀਦਾ ਸਾਨੂੰ। ਚਲੋ ਬਈ, ਲਓ ਭਾਈ ਪਹੁੰਚ ਗਏ ਆਪਾਂ ਜਵੇਲ। ਅੱਛੇ ਪਹਿਲਾਂ ਹੀ ਯਾਰ ਬਹੁਤ ਗੱਡੀਆਂ ਖੜੀਆਂ ਨੇ, ਦੁਬਈ ਵਾਲੀਆਂ ਗੱਡੀਆਂ ਵੀ ਆਈਆਂ ਹੋਈਆਂ ਨੇ। ਇਹ ਬੇਚਾਰੇ ਕਹਿੰਦੇ ਰਾਤ ਦੇ ਖੜੇ ਆ। ਆਹ ਦੇਖੋ UAE, ਦੇਖੋ ਹੁਣ ਆਪਣਾ ਨੰਬਰ ਕਦੋਂ ਲੱਗਦਾ, ਰਾਤ ਨੂੰ ਭਰ ਦੇਣਾ ਜਾਂ ਫਿਰ ਸਵੇਰੇ, ਦੇਖਦੇ ਇੰਨੇ। ਫਿਰ ਆਪਾਂ ਬਣਾਉਂਦੇ ਹਾਂ ਦਾਲ ਸਬਜ਼ੀ, ਦੁਬਈ ਦੀਆਂ ਗੱਡੀਆਂ ਵਾਲੀਆਂ ਹੀ ਮੇਰੇ, ਆਹ ਵੀ ਦੁਬਈ ਦੀ ਆ, ਪੰਜਾਬੀ ਨੇ ਮੁੰਡੇ। ਚਲੋ ਇੰਨੇ ਆਪਾਂ ਰੈਸਟ ਕਰਦੇ ਹਾਂ, ਹੁਣ ਦੇਖੋ ਜੇ ਗੱਡੀਆਂ ਭਰ ਜਾਣ। ਵੈਸੇ ਭਰਦੀਆਂ ਦਾ ਹੈ ਨਹੀਂ, ਘੰਟਾ ਡੇਢ ਹੋ ਗਿਆ ਆਇਆਂ ਨੂੰ, ਗੱਡੀਆਂ ਅੱਗੇ ਪਿੱਛੇ ਕਰ ਕਰ ਲਾਈ ਜਾਂਦੇ ਨੇ ਵਿਚਾਰੇ। ਉਹ ਦੁਬਈ ਵਾਲਿਆਂ ਨੇ ਕਿਚਨ ਖੋਲਿਆ ਹੋਇਆ, ਸਾਫ ਸੂਫ ਕਰਦੇ ਹੋਣੇ ਕਿਚਨ, ਆ ਟ੍ਰੇਲਰਾਂ ਦੇ ਵਿੱਚ ਕਿਚਨ, ਆਹ ਫਰਿੱਜ ਲੱਗਿਆ ਹੋਇਆ ਵਿੱਚ, ਆਹ ਨੰਬਰ ਪਲੇਟ ਦੇ ਥੱਲੇ ਲੱਗਿਆ ਹੋਇਆ ਨਾ ਫਰਿੱਜ ਲੱਗਿਆ ਹੋਇਆ, ਇਹ ਤਲਾਜਾ ਕਹਿ ਦਿੰਦੇ ਨੇ ਇੱਥੇ ਫਰਿੱਜ ਨੂੰ, ਕਿਉਂ ਇਹ ਕ੍ਰੋਸ ਬੋਰਡਰ ਚੱਲਦੇ ਨੇ, ਫਿਰ ਇਹ ਸਮਾਨ ਤਾਂ ਜ਼ਰੂਰੀ ਆ। ਬਾਕੀ ਆਪਣੇ ਵਾਲੇ ਵੀ ਲਈ ਫਿਰਦੇ ਨੇ ਦਾਲ ਦੂਲ, ਪਾਲਕ ਪੁਲਕ ਦੇਖਦੇ ਨੇ ਜਾ ਕੇ ਬਣਾ ਰਹੇ ਨੇ ਕਿ ਨਹੀਂ, ਜਾ ਕੇ ਚੀਰੀਏ ਪਿਆਜ਼ ਪਿਊਜ਼।
ਮੈਨੂੰ ਐ ਲੱਗਦਾ ਗੱਡੀ ਗਾਹਾਂ ਕਰਕੇ ਲਾਈਏ ਥੋੜੀ ਜੀ, ਗਾਹਾਂ ਵਿੱਚ ਸਪੇਸ ਖਾਲੀ ਹੋ ਗਈ ਹੁਣ, ਥੋੜੀ ਜਿਹੀ ਗੱਡੀਆਂ ਅੱਗੇ ਕਰ ਲਈਆਂ ਨੇ ਇਹਨਾਂ ਨੇ। ਇਧਰੋਂ ਆਹ ਕੰਪਨੀ ਆ, ਅੰਦਰ ਪੈਪ ਪਏ ਨੇ ਉਹ ਲੋਡ ਕਰਨੇ ਨੇ ਹੁਣ। ਵੈਸੇ ਨੋ ਐਂਟਰੀ ਲੱਗ ਗਈ 5 to 8, ਟਾਈਮ ਕਿੰਨਾ ਹੋ ਗਿਆ, ਇੱਕ ਮਿੰਟ, ਹੋ ਗਏ 6:45। ਠੀਕ ਹੈ, 8 ਵਜੇ ਤੱਕ ਜੇ ਲੋਡ ਹੋ ਜਾਵੇ ਤਾਂ ਫਿਰ ਆਪਾਂ ਨਿਕਲ ਸਕਦੇ ਹਾਂ। 8 ਵਜੇ ਤੋਂ ਬਾਅਦ ਜੇ ਲੋਡ ਕਰੀ ਤਾਂ ਸਾਰੀ ਰਾਤ ਆਪਣੀ ਆ ਪਹੁੰਚ ਸਕਦੇ ਹਾਂ, ਪਰ ਰਾਤ ਨੂੰ ਉੱਥੇ ਉਹਨਾਂ ਨੇ ਖਾਲੀ ਨਹੀਂ ਕਰਨੀ ਜਿੱਥੋਂ ਆਪਾਂ ਤੁਰੇ ਹਾਂ। ਠੀਕ ਹੈ, ਅਤੇ ਸਵੇਰੇ ਖਾਲੀ ਕਰਨਗੇ ਉਹ 12-1 ਵਜੇ। ਕਸੂਤਾ ਕੰਮ ਆ ਯਾਰ ਇਹ ਪੈਪਾਂ ਵਾਲਾ, ਆਪਾਂ ਨੂੰ ਤਾਂ ਜਸ਼ਿਆ ਨਹੀਂ ਹੈਗਾ। ਆਪਾਂ ਹੁਣ ਕੀ ਕਰੀਏ, ਗੱਡੀ ਅੱਗੇ ਕਰ ਦਿੰਦੇ ਹਾਂ। ਇਹ ਸਾਊਂਡ ਹੈਗਾ ਵੀ ਹਜੇ ਪ੍ਰੈਸ਼ਰ ਬਣਿਆ ਨਹੀਂ ਗੱਡੀ ਦਾ, ਪ੍ਰੈਸ਼ਰ ਬਣਿਆ ਨਹੀਂ ਤਾਂ ਇਹਨੇ ਬ੍ਰੇਕ ਨਹੀਂ ਛੱਡਣੇ ਗੱਡੀ ਨੇ। ਗੱਡੀ ਦਾ ਤਾਂ ਬਣ ਜਾਂਦਾ ਕਿਉਂਕਿ ਗੱਡੀ ਤਾਂ ਨਵੀਂ ਆ, ਜਿਹੜਾ ਆਪਣਾ ਟਰੱਕ ਆ ਇਹਦਾ ਬਣ ਜਾਂਦਾ ਪ੍ਰੈਸ਼ਰ ਛੇਤੀ, ਅਤੇ ਜਿਹੜਾ ਪਿੱਛੇ ਟ੍ਰੇਲਰ ਆ ਉਹ 'ਚੋਂ ਪ੍ਰੈਸ਼ਰ ਲੀਕ ਹੋ ਜਾਂਦਾ, ਬੈਲੂਨ ਨੇ ਜਿਹੜੇ ਉਹ, ਅਤੇ ਉਹਨੂੰ ਥੋੜ੍ਹਾ ਟਾਈਮ ਲੱਗਦਾ। ਜਦੋਂ ਆ ਸਟੋਪ ਦਾ ਨਿਸ਼ਾਨ ਆ ਨਾ ਇਹ ਜਦੋਂ ਹਟ ਗਿਆ, ਸਮਝ ਲਓ ਤੁਹਾਡਾ ਪ੍ਰੈਸ਼ਰ ਓਕੇ ਆ, ਪ੍ਰੈਸ਼ਰ ਵਾਲਾ ਮੀਟਰ ਇਹ ਆ। ਜਦੋਂ ਆ ਲਾਲ ਸੂਈ ਇਹਦੇ ਵਿੱਚ ਆ ਗਈ ਚਿੱਟੇ ਦੇ ਵਿੱਚ, ਸਮਝ ਲਓ ਪ੍ਰੈਸ਼ਰ ਫੁੱਲ ਹੋ ਗਿਆ। ਬਾਕੀ ਫੋਕਸ ਮਾਰਦਾ ਮੈਂ, ਆਹ ਦੇਖੋ 7 ਤੇ ਹਜੇ ਆਇਆ ਨਹੀਂ ਪ੍ਰੈਸ਼ਰ, 7 ਤੇ ਆ ਕੇ ਥੋੜ੍ਹਾ ਅੱਗੇ ਹੋ ਜਾਵੇ ਨਾ ਫੇਰ ਤੋਰੀ ਦਾ। ਵੈਸੇ ਇਹ ਸਟੋਪ ਦਾ ਨਿਸ਼ਾਨ ਤਾਂ ਚਲਿਆ ਗਿਆ, ਟਰੱਕ ਦਾ ਜਿਹੜਾ ਪ੍ਰੈਸ਼ਰ ਆ ਓਕੇ ਹੋ ਗਿਆ। ਪਿੱਛੇ 7 ਦਾ ਕਈ ਵਾਰ ਬ੍ਰੇਕ ਛੱਡਦੇ ਨਹੀਂ ਹੈਗੇ, ਪਰ ਆਪਾਂ ਰਿਸਕ ਕਾਹਨੂੰ ਲੈਣਾ। ਆਹ 7 ਤੋਂ ਜਦ ਅੱਗੇ ਹੋ ਗਈ, ਆਹ ਚਿੱਟੀ ਲਾਈਨ ਦਿਖ ਰਹੀ ਹੈ ਨਾ, ਆਹ ਜਦੋਂ 7 ਤੋਂ ਅੱਗੇ ਹੋ ਗਈ ਅਤੇ ਆਹ ਜਿਹੜੀ ਸੂਈ ਆ ਆਪਣੀ ਇਹ ਆਹ ਵਿਚਲੀ ਚਿੱਟੀ ਲਾਈਨ 'ਤੇ ਆ ਗਈ ਜਾਂ ਇਹਨੂੰ ਟੱਪ ਗਈ, ਉਦੋਂ ਆਪਾਂ ਗੱਡੀ ਤੋਰਾਂਗੇ, ਹੈਂਡ ਬ੍ਰੇਕ ਚੱਕਾਂਗੇ ਉਦੋਂ। ਠੀਕ ਹੈ ਜੀ, ਬਾਕੀ ਤੁਹਾਨੂੰ ਬ੍ਰੇਕਾਂ ਦਾ ਸਿਸਟਮ ਦਿਖਾਉਣਾ ਮੈਂ ਵੀ ਜਦੋਂ ਪ੍ਰੈਸ਼ਰ ਫੁੱਲ ਹੋ ਗਿਆ ਨਾ ਫਿਰ ਆਪਾਂ ਇੱਧਰੋਂ ਆਹ ਹੈਂਡ ਬ੍ਰੇਕ ਆ ਇਹਨੂੰ ਉੱਪਰ ਨੂੰ ਖਿੱਚ ਕੇ ਅੱਗੇ ਨੂੰ ਕਰਾਂਗੇ ਅਤੇ ਫਿਰ ਦੇਖਿਓ ਆਪਣੇ ਆ ਯੂ ਫਰੇਮ ਨੇ ਇਹਨਾਂ ਦੇ ਵਿੱਚ ਪੈਪ ਧਰੇ ਜਾਂਦੇ ਨੇ ਵੀ ਪੈਪ ਇੱਧਰ ਉੱਧਰ ਨਾ ਹਿੱਲਣ। ਟਾਇਰ ਟੱਪਾ ਠੀਕ ਹੈ, ਆ ਦੇਖੋ ਹੁਣ ਉਹ ਬ੍ਰੇਕਾਂ ਲੱਗੇ ਪਏ, ਸਪਰਿੰਗ ਜਾਂ ਨਾ ਖਿੱਚਿਆ ਪਿਆ ਸਪਰਿੰਗ, ਇਹ ਜਦੋਂ ਪਿੱਛੇ ਨੂੰ ਆ ਗਿਆ ਤਾਂ ਮਤਲਬ ਬ੍ਰੇਕਾਂ ਛੱਡਤੀਆਂ। 6 ਟਾਇਰ ਨੇ ਅਤੇ 6 ਇਹਦੀਆਂ ਬ੍ਰੇਕਾਂ ਨੇ, ਉਹ ਤੁਹਾਨੂੰ ਦਿਖਾਉਂਦੇ ਹਾਂ ਸਿਸਟਮ ਇਹਦਾ। ਉਸਤਾਦਾਂ ਦੇ ਉਸਤਾਦ ਕੋਮਲਪ੍ਰੀਤ ਸਿੰਘ ਉਸਤਾਦ, ਆਹ ਬੈਲੂਨ ਨੇ, ਸਸਪੈਂਸ਼ਨ ਹੈ ਇਹਦੀ, ਕਮਾਣੀਆਂ ਨਹੀਂ ਹੈਗੀਆਂ ਜਿਵੇਂ ਆਪਣੇ ਇੰਡੀਆ 'ਚ ਕਮਾਣੀਆਂ ਨੇ ਹੁੰਦੀਆਂ ਨੇ ਨਾ। ਇਹਦਾ ਇਹ ਫਾਇਦਾ ਵੀ ਟ੍ਰੇਲਰ ਬੁੜਕਦਾ ਨਹੀਂ ਜ਼ਿਆਦਾ, ਖੜਕਦਾ ਨਹੀਂ, ਵੀ ਜਿਵੇਂ ਤੁਸੀਂ ਚੀਜ਼ ਇਹਤੇ ਰੱਖਤੀ ਉਵੇਂ ਉੱਪਰ ਪਈ ਰਹੂਗੀ, ਜ਼ਿਆਦਾ ਹਿੱਲਦੀ ਨਹੀਂ ਹੈਗੀ। ਆਹ ਦੇਖੋ ਆਹ ਬਲੂਨ, ਇਹਨਾਂ 'ਚ ਹਵਾ ਭਰ ਗਈ, ਹੁਣ ਜਦੋਂ ਕੋਈ ਖੱਡੇ ਖੁੱਡੇ 'ਚ ਜਦ ਇਹਨੇ ਟ੍ਰੇਲਰ ਨੇ ਵੱਜਣਾ ਇਹਨੇ ਐਂ, ਮਤਲਬ ਥੱਲੋਂ ਹਿੱਸਾ ਹਿੱਲੀ ਜਾਊਗਾ, ਉੱਪਰ ਜਿਹੜਾ ਟ੍ਰੇਲਰ ਆ ਆਪਣਾ ਇਹ ਐਂ ਖੜਿਆ ਰਹੂਗਾ ਸਿੱਧਾ। ਇਹਦੀ ਵੀ ਦਿਖਾਵਾਂਗੇ ਵੀਡੀਓ ਤੁਹਾਨੂੰ, ਕਦੇ ਵੀ ਐਂ ਘੋੜੀਆਂ ਵਾਂਗ ਨੱਚਦੇ ਜਾਂਦੇ ਨੇ। ਲਓ ਜੀ ਇਹਨੇ ਵੀ ਕਰ ਲਈ ਸਟਾਰਟ, ਪ੍ਰੈਸ਼ਰ ਤਾਂ ਫੁੱਲ ਹੋ ਗਿਆ ਬੈਲੂਨਾਂ 'ਚ। ਹੁਣ ਆਪਾਂ ਗੱਡੀ ਅੱਗੇ ਕਰ ਦਈਏ ਥੋੜ੍ਹੀ ਜੀ, ਜਗ੍ਹਾ ਪਈ ਆ ਨਾ ਅੱਗੇ।
ਆ ਦੁਬਈ ਵਾਲੇ ਵਿਚਾਰੇ ਰਾਤ ਦੇ ਆਏ ਹੋਏ ਨੇ, ਆ ਦੁਬਾਰੇ ਰਾਤ ਹੋ ਗਈ UAE ਤੇ ਹੁਣ ਕਹਿੰਦੇ ਨੇ ਵੀ ਪਹਿਲਾਂ ਇਹਨਾਂ ਦੀ ਲੋਡ ਹੋਣਗੀਆਂ ਗੱਡੀਆਂ, 8-10 ਗੱਡੀਆਂ ਨੇ ਇਹਨਾਂ ਦੀਆਂ, ਫਿਰ ਕਿਤੇ ਆਪਣੀ ਵਾਰੀ ਆਊਗੀ। ਚਲੋ ਦੇਖਦੇ ਹਾਂ। ਲਓ ਜੀ ਗੱਡੀਆਂ ਹੋਣ ਲੱਗ ਗਈਆਂ ਐਂਟਰ ਆਪਣੀਆਂ, ਲੋਡਿੰਗ ਹੋਊਗੀ ਹੁਣ, ਹੁਣ ਲੱਗੇ ਨੇ ਲੋਡ ਕਰਨ। ਆਹ ਬਲਿੰਕ ਵਾਲੀਆਂ ਲਾਈਟਾਂ ਸੋਹਣੀਆਂ ਲੱਗਦੀਆਂ ਨੇ, ਜਿਵੇਂ ਆਹ ਦੋ ਲਾਈਟਾਂ ਬਲਿੰਕ ਕਰ ਰਹੀਆਂ ਨੇ, ਇਹ ਆਪਾਂ ਵੀ ਲਾਈਆਂ ਹੋਣੀਆਂ ਨੇ, ਮਗਰ ਇਹਦਾ ਮਤਲਬ ਇਹਨੇ ਬ੍ਰੇਕ ਦੱਬੀ ਹੋਈ ਆ। ਜਿਵੇਂ ਨੋਰਮਲ ਇਹ ਰੋਡ 'ਤੇ ਜਾ ਰਿਹਾ ਚਲਾਉਂਦਾ, ਜਿਵੇਂ ਇੱਧਰ ਆਹ ਬ੍ਰੇਕ ਲਾਈਟ ਆ ਆਪਣੀ ਰੈੱਡ, ਅਤੇ ਇੱਧਰ ਬਲੇਕ ਆਪਣੀ ਕੀ ਕਹਿੰਦੇ ਨੇ ਬ੍ਰੇਕ ਲਾਈਟ ਰੈੱਡ, ਤੇ ਆਹ ਜਿਹੜੀਆਂ ਦੋ ਨੇ ਇੱਕ ਇਹ ਤੇ ਇੱਕ ਇਹ ਬਲਿੰਕ ਕਰ ਰਹੀਆਂ ਨੇ, ਮਤਲਬ ਇਹਨੇ ਬ੍ਰੇਕ ਦੱਬੀ ਹੋਈ ਆ। ਹੁਣ ਨਹੀਂ ਦੇਖੋ ਬਲਿੰਕ ਕਰ ਰਹੀਆਂ, ਇਹ ਆਪਾਂ ਵੀ ਲਾਈਆਂ ਹੋਈਆਂ ਨੇ, ਮੇਰੀਆਂ ਆਪ ਹੀ ਲਾਈਆਂ ਹੋਈਆਂ ਨੇ। ਲਓ ਜੀ ਆਪਣੀ ਵਾਰੀ ਆ ਗਈ, ਕਰੀਏ ਗੱਡੀ ਗਾਹਾਂ। ਇਹ ਪੇਪਰ ਹਜੇ ਸਾਈਨ ਕਰਕੇ ਦੇਣੇ ਨੇ ਆਪਾਂ ਅੰਦਰ ਆਫਿਸ 'ਚ। ਰੱਖਤਾ ਪੈਪ ਇੱਕ, ਰੱਖਤਾ ਦੋ ਹੋਰ ਰਹਿ ਗਏ। ਲਓ ਜੀ ਗੱਡੀ ਹੋ ਗਈ ਲੋਡ ਆਪਣੀ, ਪੈਪ ਲੋਡ ਕਰ ਲਏ ਅਤੇ ਪੇਪਰ ਲੈ ਕੇ ਆਉਣੇ ਆ ਹੁਣ। ਉਹ ਸਾਹਮਣੇ ਆਪਣਾ ਹੈਗਾ ਆਫਿਸ, ਆ ਜਾਂਦਾ ਸੱਚ ਬੰਦਾ ਤਾਂ ਸਾਹਮਣੇ। ਹੁਣ ਮਾਰੀ ਆਪਾਂ ਬੈਲਟਾਂ। ਲਓ ਬਾਈ ਬੈਲਟਾਂ ਪਾਤੀਆਂ, ਬੈਲਟਾਂ ਦਿਖਾਣੀਆਂ ਦੀ ਵੀ ਕਿਵੇਂ ਮਾਰੀ ਦੀਆਂ ਨੇ, ਪਰ ਹਨੇਰਾ ਹੀ ਵਾਲਾ ਸੀਗਾ। ਕੋਈ ਨੀ, ਕਦੇ ਦਿਨੇ ਬਣਾਵਾਂਗੇ ਤੇ ਵੀਡੀਓ। ਤਿੰਨ ਬੈਲਟਾਂ ਮਾਰੀਆਂ ਨੇ, ਕਿਉਂ ਜਿਹੜਾ ਯੂ ਫਰੇਮ ਆ ਇਹਦੇ ਵਿੱਚ ਜਗ੍ਹਾ ਖਾਲੀ ਆ, ਇੱਥੇ ਲੱਕੜ ਫਸਾਈ ਆ, ਕਿਉਂ ਜਦ ਆਪਾਂ ਮੋੜ ਮੋੜਦੇ ਹਾਂ ਪੈਪ ਹਿੱਲਦੇ ਨੇ ਇੱਧਰ ਉੱਧਰ ਨੂੰ। ਦੋ ਗੱਡੀਆਂ ਆਪਣੀਆਂ ਚੱਲੀਆਂ ਗਈਆਂ, ਉਹ ਖੜ੍ਹੇ ਨੇ ਅੱਗੇ। ਦੇਖੋ ਜੇ ਤਾਂ ਵੇ ਬਿੱਲ ਆ ਗਿਆ ਛੇਤੀ ਫਿਰ ਤਾਂ ਨਿਕਲ ਜਾਂਗੇ, ਨਹੀਂ ਫਿਰ ਮੈਨੂੰ ਲੱਗਦਾ ਰਾਤ ਵੀ ਗਈ ਸਾਰੀ, ਸੋ ਜਾਂਗੇ ਫਿਰ ਹੋਰ ਕੀ ਟੌਰ ਨਾਲ। ਇੱਥੋਂ ਪੁੱਛਾਂ, ਪਾਤੀਆਂ ਬੈਲਟਾਂ ਬੁਲਟਾਂ, ਚੱਲੀਏ ਹੈਂ। ਚਲੋ ਇਹ ਸੀਟ ਬੈਲਟ ਵਾਲਾ, ਇਹ ਟੋਂ ਟੋਂ ਵੀ ਸੀਟ ਬੈਲਟ ਲਾਓ, ਇੱਥੇ ਆਪਾਂ ਨੂੰ ਗੇਟ ਪਾ ਦੇਣਾ ਪੈਣਾ। ਪੇਪਰ ਜਿਹਾ ਦਿੱਤਾ ਹੋਇਆ ਇਹਨਾਂ ਨੇ, ਗੇਟ ਪਾਸ ਉੱਥੇ ਰੱਖਣੇ ਜਾ ਕੇ। ਕੋਈ ਨਹੀਂ ਹੈਗਾ ਉਰੇ, ਗੇਟ ਪਾਸ ਰੱਖਤਾ, ਉੱਪਰ ਬੱਟਾ ਰੱਖ ਦਈਏ ਵੀ ਉੜ ਨਾ ਜਾਵੇ ਬੰਦ। ਕੋਈ ਨਹੀਂ ਹੈਗਾ, ਸਿਕਿਉਰਿਟੀ ਪੂਰੀ ਟਾਈਟ ਹੈ, ਕੋਈ ਨਹੀਂ ਹੈਗਾ। ਗੇਟ ਪਾਸ ਆਪਣੀ ਇਮਾਨਦਾਰੀ ਨਾਲ ਰੱਖੋ, ਪੇਪਰ ਰੱਖ ਕੇ ਉੱਥੇ। ਰੱਖ ਲਈ ਵਿੱਚ, ਉਹਦੀ ਵੇਟ ਕਰੀਏ। ਇੰਨੇ ਸੀਟ ਬੈਲਟ ਲਾਨੇ ਆ, ਸੀਟ ਬੈਲਟ ਦਾ ਇਹ ਸੀਨ ਆ ਜਿਵੇਂ ਮੀਟਰ ਰੇਸ ਵਾਲਾ, ਜੇ ਮੈਂ 10 ਤੋਂ ਉੱਪਰ ਸੂਈਟ ਪਾਤੀ ਤਾਂ ਇਹਨੇ ਜਦੀ ਟੈਂ 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 ਕਰਨ ਲੱਗ ਜਾਣਾ ਵੀ ਪਹਿਲਾਂ ਸੀਟ ਬੈਲਟ ਲਾ ਲਾ ਬਈ। ਫੇਰ ਤੋਰੀ ਗੱਡੀ, ਆ ਜਾ ਆ ਜਾ ਆ ਜਾ ਆ ਜਾ ਆ ਜਾ।
ਇਹਦੇ ਮਗਰ ਹੀ ਆਪਾਂ ਤੋੜ ਦਿੰਨੇ ਆ ਗੱਡੀ। ਚਲੋ ਜੀ ਐ ਵੀ ਰੋਡ ਖਾਸੇ ਖੁੱਲੇ ਨੇ ਜਿਸ ਹਿਸਾਬ ਦੇ ਟ੍ਰੇਲਰ ਨੇ ਨਾ ਲੰਬੇ ਲੰਬੇ ਚਾਲੀ ਚਾਲੀ ਪੰਜਾਹ ਪੰਜਾਹ ਫੁੱਟ ਦੇ ਟ੍ਰੇਲਰ ਨੇ ਉਸ ਹਿਸਾਬ ਨਾਲ ਰੋਡ ਵੀ ਵਧੀਆ ਨੇ ਮੋੜਨ ਘੋੜਨ ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਚੱਲ ਆਪਣੀ ਲਾਈਨ ਚ ਲੈ ਲਈ ਹੁਣ ਟਰੱਕ ਨੂੰ ਬਾਕੀ ਇੱਥੇ ਇੱਕ ਬੰਦ ਮੱਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੈਟਰੋਲ ਪੰਪ ਵਿੱਚੇ ਰੈਸਟੋਰੈਂਟ ਵਗੈਰਾ ਹੁੰਦੇ ਨੇ ਉਹਦੇ ਉਹ ਬੰਦ ਆ ਮਤਲਬ ਉਹ ਇੱਕ ਤਰ੍ਹਾਂ ਦੀ ਬਣਾ ਰੱਖੀ ਆ ਪਾਰਕਿੰਗ ਕਿਉਂਕਿ ਨੋ ਐਂਟਰੀ ਤਾਂ ਚਲੋ ਹੁਣ ਖੁੱਲ ਗਈ ਪਰ ਅਸੀਂ ਜਾ ਨਹੀਂ ਸਕਦੇ ਕਿਉਂਕਿ ਵੇ ਬਿੱਲ ਨਹੀਂ ਹੈਗਾ ਸਾਡੇ ਕੋਲ ਵੇ ਬਿੱਲ ਬਣਾਉਣ ਵਾਸਤੇ ਸਾਨੂੰ ਆਪਣੇ ਲੋਡ ਦੀ ਫੋਟੋ ਅਤੇ ਜਿਹੜੇ ਡਿਲੀਵਰੀ ਨੋਟ ਮਿਲੇ ਨੇ ਸਾਨੂੰ ਲੋਡ ਦੇ ਪੇਪਰ ਨੇ ਉਹ ਫੋਟੋ ਪਾਉਣੀ ਪੈਂਦੀ ਆ ਵੀ ਵਾਇਆ ਅਸੀਂ ਕਿੱਧਰੋਂ ਦੀ ਕਿੱਧਰ ਆ ਰਹੇ ਹਾਂ ਜਿਵੇਂ ਦਮਾ ਆਪਣਾ ਜੁਬੇਲ ਤੋਂ ਦਮਾਮ ਜਾ ਰਹੇ ਹਾਂ ਤਾਂ ਸਾਨੂੰ ਵੇ ਬਿੱਲ ਬਣਾ ਕੇ ਭੇਜਦੇ ਨੇ ਆਫਿਸ ਵਾਲੇ ਪਰ ਹੁਣ ਆਫਿਸ ਬੰਦ ਹੋ ਗਏ ਹੁਣੇ ਮੈਨੂੰ ਲੱਗਦਾ ਵੀ ਜਿਹੜਾ ਬੰਦ ਇੱਥੇ ਮੱਤਾ ਪੈਟਰੋਲ ਪੰਪ ਉੱਥੇ ਸਾਨੂੰ ਰਾਤ ਗੁਜ਼ਾਰਨੀ ਪੈਣੀ ਆ ਅਤੇ ਫਿਰ ਆਪਣਾ ਰੋਟੀ ਸਬਜ਼ੀ ਦਾ ਵੀ ਮੁੰਡਿਆਂ ਨੇ ਭਾਂਡੇ ਭੁੰਡੇ ਕੱਢ ਲਏ ਸੀਗੇ ਕਿਚਨ 'ਚੋਂ ਜਿਹੜਾ ਆਪਣੇ ਟ੍ਰੇਲਰ 'ਚ ਕਿਚਨ ਆ ਸ਼ਾਇਦ ਉਹ ਲੱਗੇ ਹੋਣਗੇ ਬਣਾਉਣ ਜਾ ਕੇ ਉਹਨਾਂ ਨਾਲ ਹੈਲਪ ਕਰਾਉਂਦੇ ਹਾਂ ਅਤੇ ਫਿਰ ਦਾਲ ਸਬਜ਼ੀ ਬਣਾ ਕੇ ਰੋਟੀ ਰੋਟੀ ਖਾ ਕੇ ਟਾਵਰ ਨਾਲ ਪੈ ਜਾਂਦੇ ਆਪਣੇ ਬੰਦੇ ਵੀ ਇੱਥੇ ਹੋਣਗੇ ਦਾਲ ਸਬਜ਼ੀ ਬਣਾ ਰਹੇ ਹੋਣੇ ਗੱਡੀਆਂ ਲਾ ਤੀਆਂ ਆਪਾਂ ਅਤੇ ਹੈੱਡਲਾਈਟ ਲਾ ਲਈਏ ਮੱਥੇ ਵਾਲੀ ਭੂਤੀਆ ਪੈਟਰੋਲ ਪੰਪ ਜਿਹੜੇ ਪੈਪ ਪੂਪ ਜੇ ਤੁਸੀਂ ਲੱਗ ਗਏ ਨਾ ਚੋਰੀ ਕਰਨ ਲਓ ਵੀ ਮਿੱਤਰੋ ਰੋਟੀ ਰੋਟੀ ਖਾ ਲਈ ਭਾਂਡੇ ਭੁੰਡੇ ਮਾਸਤੇ ਤੇ ਹੁਣ ਲੱਗਿਆ ਸੌਣ ਵੀਡੀਓ ਲੱਗਿਆ ਜੀ ਬਣਾਉਣ ਫਿਰ ਨਾਲ ਦੇ ਕੱਢਦੀ ਸੀ ਗਾਲਾਂ ਵੀ ਭਾਈ ਸਬਜ਼ੀ ਸੁਬਜ਼ੀ ਬਣਾ ਦਾਲ ਦੂਲ ਬਣਾ ਤਾਂ ਮੈਂ ਕਿਹਾ ਚਲੋ ਸੇਫਟੀ ਹੈਲਮਟ ਰੱਖੋ ਹੁਣ ਸੌਣ 'ਚ ਫਾਇਦਾ ਸੋ ਜਾਈਏ ਫਿਰ ਸਵੇਰੇ ਉੱਠ ਕੇ ਕਰਦੇ ਹਾਂ ਗੱਲਬਾਤ ਓਕੇ ਆਪਾਂ ਕਰੀਏ ਇੰਨੇ ਬਰੱਸ਼ ਵਗੈਰਾ ਮੂੰਹ ਹੱਥ ਧੋਨੇ ਆ ਲਓ ਜੀ ਬੈਲੂਨ ਤਾਂ ਆਪਣੇ ਬਿਲਕੁਲ ਹੀ ਠੁੱਸ ਹੋਏ ਪਏ ਨੇ ਟ੍ਰੇਲਰ ਚੋਂ ਪ੍ਰੈਸ਼ਰ ਬਿਲਕੁਲ ਹੀ ਖਤਮ ਹੋਇਆ ਪਿਆ ਇਹ 'ਚ 5-7 ਮਿੰਟ ਹੱਦ 10 ਮਿੰਟ ਲੱਗਣੇ ਨੇ ਆ ਬੈਲੂਨ ਸਾਰੇ 6 ਦੇ 6 ਵਧੀਆ ਇਹਨਾਂ 'ਚ ਹਵਾ ਭਰ ਜਾਣੀ ਆ ਅਤੇ ਆਪਣਾ ਟ੍ਰੇਲਰ ਫਿਰ ਉੱਚਾ ਉੱਠ ਜੂਗਾ ਇਹੀ ਮੇਨ ਚੀਜ਼ ਆ ਸਸਪੈਂਸ਼ਨ ਇਹੀ ਆ ਟ੍ਰੇਲਰ ਦੀ ਅਤੇ ਇੰਨੇ ਆਪਾਂ ਚਲੋ ਮੂੰਹ ਹੱਥ ਧੋਨੇ ਜਾ ਕੇ ਬਰੱਸ਼ ਵਗੈਰਾ ਕਰਦੇ ਹਾਂ ਲੈ ਵੀ ਬੈਲੂਨਾਂ 'ਚ ਹਵਾ ਭਰ ਗਈ ਪਹਿਲਾਂ ਦੇਖਿਆ ਸੀ ਦਬੇ ਪਏ ਦੀ ਹਮਲੇ ਚਾਹ ਚੂ ਬਣਾ ਕੇ ਵਧੀਆ ਭਾਂਡੇ ਭੁੰਡੇ ਮਾਂਜਰੇ ਨੇ ਦੋਏ ਬੰਟੇ ਵਰਗੇ ਸਿਰ ਵਾਲੇ ਪਰੇ ਹੋ ਜਾਏ ਯਾਰ ਤੁਸੀਂ ਵਿੱਚ ਕਾਹਨੂੰ ਖੜ ਜਾਂਦੇ ਯਾਰ ਤੁਹਾਨੂੰ ਪਤਾ ਵੀ ਲੰਘਣਾ ਯਾਰ ਕਿਸੇ ਨੇ ਯਾਰ ਤਾਂ ਫਿਰ ਹੋਈ ਗੱਲਾਂ ਆ ਗਈ ਦਮਾਮ ਆਪਾਂ ਰਾਹ ਦੀ ਵੀਡੀਓ ਨਹੀਂ ਬਣਾਈ ਉਹ ਡਰ ਜਾ ਲੱਗਦਾ ਕਿਤੇ ਕੈਮਰੇ ਕੁਮਰੇ ਜਾ ਜੇ ਵੀ ਮੋਬਾਈਲ ਫੜਿਆ ਹੋਇਆ ਹੱਥ 'ਚ
ਤੇ ਹੁਣ ਆਪਾਂ ਖੋਲਦੇ ਆ ਬੈਲਟਾਂ ਬੁਲਟਾਂ, ਪਤਾ ਨੀ ਕਦੋਂ ਖਾਲੀ ਕਰਨਗੇ। ਉਧਰ ਨੂੰ ਚੱਲਿਆ, ਰੋਟੀਆਂ ਵੀ ਲੈ ਆਈ ਆਉਂਦਾ ਹੋਇਆ। ਮੈਂ ਕਿਹਾ ਰੋਟੀਆਂ ਵੀ ਲੈ ਆਈ ਆਉਂਦਾ ਹੋਇਆ। ਉਹ ਤਾਂ ਉਹੀ ਤਾਂ ਮੈਨੂੰ ਪਤਾ ਨੀ, ਇਹ ਆਪਾਂ ਨੂੰ ਕਹਿ ਰਹੇ ਨੇ ਵੀ ਭਾਈ ਰੋਟੀਆਂ ਲੈ ਕੇ ਆਓ। ਗੱਡੀਆਂ ਸਾਰੀਆਂ ਹੀ ਆ ਗਈਆਂ ਆਪਣੀਆਂ। ਆ ਹੁੰਦੀ ਆ ਬੈਲਟ, ਕੇਰਾ ਮਾਰਤੀ ਮੁੜ ਕੇ ਨਹੀਂ ਹਿੱਲਦੀ। ਫਿਰ ਖੁੱਲਣੀ ਨੀ ਇੱਕ ਹੱਥ ਨਾਲ ਇਹ। ਪਹਿਲਾਂ ਗਲਵਸ ਪਾ ਲਈਏ ਨਾ, ਯੂਨੋ ਕੰਮ ਪ੍ਰੋਫੈਸ਼ਨਲ ਕਰਦੀ ਹੈ। ਉਧਰਲੀ ਸਾਈਡ ਵਾਲੀ ਖੋਲਤੇ ਆਪਾਂ, ਇਹ ਡਬਲ ਕਰਕੇ ਪਾਈਆਂ ਹੋਈਆਂ ਨੇ, ਲੰਬੀਆਂ ਵਾਲੀਆਂ ਨੇ ਨਾ ਬੈਲਟਾਂ। ਤੇ ਇਧਰਲੀ ਸਾਈਡ ਵਾਲੀਆਂ ਰਹਿ ਗਈਆਂ ਬਸ। ਬੈਲਟਾਂ ਖੋਲ ਦਿੰਦੇ ਹੁੰਦੇ ਆ ਪਹਿਲਾਂ ਹੀ, ਕੀ ਪਤਾ ਇਹਨਾਂ ਦਾ ਕਦ ਕਹਿ ਦੇਣ ਵੀ ਖਾਲੀ ਹੋਣਗੀਆਂ ਗੱਡੀਆਂ। ਦੇਖ ਲਓ ਹੁਣ ਇਹ ਟੂਲ ਆ ਕੇ ਕਿਚਨ ਆ, ਟੂਲ ਕਮ ਕਿਚਨ। ਬਾਕੀ ਹੁਣ ਬੈਲਟਾਂ ਨੇ ਆਪਣੇ, ਇੱਕ ਉਹ ਦੋ ਉਹ ਤਿੰਨ ਇਕੱਠੀਆਂ ਕਰ ਦਈਏ। ਲਓ ਜੀ ਇੱਕ ਰਹਿ ਗਈ, ਇਹ ਵੀ ਕਰ ਦਈਏ ਇਕੱਠੀ। ਦੋ ਤਿੰਨ ਬੈਲਟਾਂ ਹੋ ਗਈਆਂ ਆਪਣੀਆਂ। ਲਓ ਜੀ ਲੰਚ ਟਾਈਮ ਹੋ ਗਿਆ, ਵੈਸੇ ਸਰ ਬ੍ਰੇਕਫਾਸਟ ਟਾਈਮ ਸੀਗਾ। ਮੂੰਹ ਚੱਜਦੇ ਹੁਣ ਤੁਹਾਨੂੰ ਦਿਖਾਵਾਂਗੇ, ਨਾ ਧੋ ਲਿਓ ਜੁੰਮੇ ਨੂੰ, ਫਿਰ ਆਪਾਂ ਦਿਖਾਵਾਂਗੇ ਸਾਰਿਆਂ ਨੇ। ਲਓ ਜੀ 4:18 ਹੋ ਗਏ ਤੇ 5 ਵਜੇ ਫੇਰ ਨੋ ਐਂਟਰੀ ਲੱਗ ਜਾਣੀ ਆ, ਸਵੇਰ ਦੇ ਖੜੇ ਆ। ਤਾਂ ਹੀ ਮੈਂ ਕਿਹਾ ਵੀ ਪੈਪਾਂ ਵਾਲਾ ਕੰਮ ਆਪਣੇ ਦਾ ਸੂਤ ਆਇਆ ਨਹੀਂ, ਠੀਕ ਆ। ਤੇ ਗੱਡੀਆਂ ਦਾ ਹਜੇ ਵੀ ਕੋਈ ਆਸ ਨਹੀਂ ਹੈਗੀ ਵੀ ਖਾਲੀ ਹੋ ਜਾਣਗੀਆਂ। ਆ ਦਿਖਤਾ ਰਹੇ ਨੇ ਬੰਗਲੇ ਜੇ, ਮੈਨੂੰ ਲੱਗਦਾ ਇਹ ਖਾਲੀ ਕਰਨ ਵਾਲੇ ਹੀ ਨੇ। ਇਹ ਸ਼ੀਸ਼ੇ ਸ਼ੂਸ਼ੇ ਚਮਕਾ ਤੇ, ਖਾਲੀ ਹੋਊਗੀ ਨਹੀਂ ਹੋਊਗੀ ਉਹ ਬਾਅਦ ਦੀਆਂ ਗੱਲਾਂ ਨੇ, ਸ਼ੀਸ਼ਿਆਂ ਨੇ ਕਿਹੜੇ ਲਕੜਦੇ। ਆ ਆਪਸ 'ਚ ਫੋਟੋਆਂ ਖਿੱਚੀ ਜਾਂਦੇ ਨੇ, ਆਪ ਹੀ ਲਾਈਕ ਕਰੀ ਜਾਂਦੇ ਨੇ, ਪਰ ਨਾ ਬੰਨ ਲਿਆ ਕਦੇ ਢਾ ਲਿਆ, ਐਂ ਪਤਾ ਨਹੀਂ ਵੀ ਖਾਲੀ ਹੋਣੀ ਆ ਗੱਡੀ ਕਿ ਨਹੀਂ। ਫਿਰ ਸ਼ਾਮ ਹੋ ਰਾਤ ਫੇਰ ਹੋਣ ਵਾਲੀ ਹੋਊਗੀ, ਫਿਰ ਗੱਡੀਆਂ ਨਹੀਂ ਖਾਲੀ ਹੁੰਦੀਆਂ। ਗੰਜੇ ਗਾਂਧੀ ਦਾ ਬਚਪਨ, ਦੁਨੀਆ ਲੋਡ ਕਰ ਕਰ ਜਾਈ ਜਾਂਦੀ ਆ, ਖਾਲੀ ਕਰ ਕਰ ਜਾਈ ਜਾਂਦੀ ਆ। ਗੱਡੀ ਖਾਲੀ ਕਰ ਦੋ।